ਤੇ ਮੈਂ ਅੱਜ ਬਖਾਲ ਦਾ ਬਹਾਨਾ ਲਾ ਕੇ ਆਪਣੇ ਪਲੰਗ ਦੇ ਉੱਤੇ ਲੰਮਾ ਪਿਆ ਰਵਾਂ ਤੇ ਉਧਰ ਖਾਲਸਾ ਕਤਲ ਹੋਈ ਜਾਵੇ ਤਾਂ ਇਹ ਮੈਂ ਵੇਖ ਨਹੀਂ ਸਕਦਾ। ਤਪ ਦੇ ਬਖਾਰ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਉੱਠ ਕੇ ਖੜਾ ਹੋਇਆ, ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ, ਸਰਦਾਰ ਨਿਧਾਨ ਸਿੰਘ ਪੰਜ ਹੱਥੇ ਨੂੰ ਕਿਹਾ ਕਿ ਉਸੇ ਵੇਲੇ ਸੈਨਾ ਤਿਆਰ ਕਰੋ। ਅਮਰ ਸਿੰਘ ਮਜੀਠੀਆ ਖੁਦ ਉਹਨਾਂ ਨੂੰ ਆਖਿਆ ਗਿਆ ਕਿ ਆਪਣੇ ਜਥੇ ਤਿਆਰ ਕਰੋ। ਉਸੇ ਵੇਲੇ ਸਰਦਾਰ ਹਰੀ ਸਿੰਘ ਨਲੂਏ ਦਾ ਘੋੜਾ ਸ਼ੰਗਾਰਿਆ ਗਿਆ, ਲੈ ਕੇ ਤੀਰ ਭਲੱਥੇ, ਲੈ ਕੇ ਆਪਣੀ ਸ਼ਮਸ਼ੀਰ, ਮਾਰ ਕੇ ਛਾਲ, ਕਾਠੀ ਦੇ ਉੱਤੇ ਬੈਠ ਕੇ ਸਰਦਾਰ ਹਰੀ ਸਿੰਘ ਨਲੂਆ ਚਮਰੋ ਦੀ ਧਰਤੀ ਵੱਲ ਨੂੰ ਹੈ ਇਹੋ ਜਾ ਰਿਹਾ ਹੈ। ਛੱਡਿਆ ਜੋ ਅੱਗੇ ਅੜਿਆਈ
ਛੱਡਿਆ ਜੋ ਅੱਗੇ